ਸਸਪੈਂਸ਼ਨ ਤੋਂ ਬਾਅਦ ਵਿਕਰਮ ਚੌਧਰੀ ਨੇ ਜਲੰਧਰ ਦੇ ਵਿੱਚ ਚਰਨਜੀਤ ਚੰਨੀ ਦੇ ਖਿਲਾਫ ਖੋਲਿਆ ਮੋਰਚਾ। ਕਾਂਗਰਸ ਤੇ ਪਰਿਵਾਰ ਦੀ ਅਣਦੇਖੀ ਕਰਨ ਦਾ ਲਗਾਇਆ ਇਲਜ਼ਾਮ ਤਾਂ ਵੜਿੰਗ ਦਾ ਪਲਟਵਾਰ, ਕਿਹਾ ਪਹਿਲਾਂ ਹੀ ਬਣਾ ਚੁੱਕੇ ਸੀ ਵੱਖ ਹੋਣ ਦਾ ਮਨ, ਹੁਣ ਬਣਾ ਰਹੇ ਨੇ ਬਹਾਨੇ। ਗੁਰਦਾਸਪੁਰ ਦੇ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਮਾਨ ਆਪਣੇ ਕੰਮ ਦੇ ਆਧਾਰ ਦੇ ਉੱਤੇ ਮੰਗਦੇ ਵੋਟ ਮੰਗਦੇ ਆਏ ਨਜ਼ਰ, ਕਿਹਾ ਤੁਸੀਂ ਮੈਨੂੰ ਲੋਕ ਸਭਾ ਦੇ ਲਈ 13 ਬਾਹਾਂ ਤੇ 13 ਜ਼ੁਬਾਨਾਂ ਦੇ ਦਿਓ, ਤੁਹਾਡਾ ਤਿੱਗਣਾ ਚੁੱਗਣਾ ਕਰਕੇ ਕਰਾਂਗਾ ਕੰਮ। ਆਮ ਆਦਮੀ ਪਾਰਟੀ ਨੇ ਲਾਂਚ ਕੀਤਾ ਜੇਲ੍ਹ ਕਾ ਜਵਾਬ ਵੋਟ ਸੇ ਕੈਂਪੇਨ ਸੌਂਗ। ਗੀਤ ਦੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵੀ ਜ਼ਿਕਰ। ਸੌਂਗ ਲਾਂਚਿੰਗ ਦੌਰਾਨ ਮੰਚ ਤੇ ਖਾਲੀ ਰੱਖੀ ਕੇਜਰੀਵਾਲ ਦੀ। ਰੋਹਤਕ ਦੇ ਵਿੱਚ ਬੀਜੇਪੀ ਉਮੀਦਵਾਰ ਅਰਵਿੰਦ ਸ਼ਰਮਾ ਦਾ ਵਿਰੋਧ, ਕਿਸਾਨਾਂ ਨੇ ਕੀਤੇ ਤਿੱਖੇ ਸਵਾਲ। ਅਰਵਿੰਦ ਸ਼ਰਮਾ ਦੇ ਸਮਰਥਕਾਂ ਦੇ ਨਾਲ ਕਿਸਾਨਾਂ ਦੀ ਹੋਈ ਝੜਪ, ਬੀਜੇਪੀ ਬੋਲੀ ਕਾਂਗਰਸ ਦੇ ਇਸ਼ਾਰੇ ਤੇ ਹੋਇਆ ਵਿਰੋਧ। ਪ੍ਰਧਾਨ ਮੰਤਰੀ ਮੋਦੀ ਨੇ ਮੁੜ ਬੋਲਿਆ ਕਾਂਗਰਸ ਤੇ ਹੋਏ ਮੰਗਲ ਸੂਤਰ ਵਾਲਾ ਹਮਲਾ, ਬੋਲੇ ਮਾਵਾਂ ਭੈਣਾਂ ਸਿਰ ਕਟਵਾ ਦੇਣਗੀਆਂ ਪਰ ਨਹੀਂ ਦੇਣਗੀਆਂ ਆਪਣਾ ਮੰਗਲ ਸੂਤਰ। ਤੁਸ਼ਟੀਕਰਨ ਦੀ ਸਿਆਸਤ ਦੇ ਵਿੱਚ ਜੁਟਿਆ ਇੰਡੀਆ ਗਠਜੋੜ। ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ। ਬੀਜੇਪੀ ਤੇ ਕਾਂਗਰਸ ਪ੍ਰਧਾਨ ਤੋਂ ਮੰਗਿਆ ਜਵਾਬ, 29 ਅਪ੍ਰੈਲ ਸਵੇਰੇ 11 ਵਜੇ ਤੱਕ ਦੇਣਾ ਹੋਵੇਗਾ ਸਪਸ਼ਟੀਕਰਨ। ਤਲਵੰਡੀ ਸਾਬੋ ਦੇ ਖੇਤਾਂ ਦੇ ਵਿੱਚ ਲੱਗੀ ਅੱਗ, 35 ਏਕੜ ਕਣਕ ਦਾ ਨਾੜ ਸੜਕੇ ਹੋਇਆ ਸਵਾਹ, ਕਿਸਾਨਾਂ ਨੇ ਖੁਦ ਹੀ ਪਾਇਆ ਅੱਗ ਦੇ ਉੱਤੇ ਕਾਬੂ। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ, ਜਦੋਂ ਮੁੱਖ ਮੰਤਰੀ ਆਪਣੇ ਕੰਮ ਦੇ ਆਧਾਰ ਤੇ ਵੋਟਾਂ ਦੀ ਅਪੀਲ ਲੋਕਾਂ ਨੂੰ ਕਰਨ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਖਬਰ ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ, ਸੀਐਮ ਉੱਥੇ ਪਹੁੰਚੇ ਹੋਏ ਸੀ, ਰੈਲੀ ਨੂੰ ਸੰਬੋਧਨ ਕੀਤਾ ਤੇ ਇਸ ਵਿਚਾਲੇ ਅਪੀਲ ਵੀ ਕੀਤੀ। ਸ਼ੁਰੂਆਤ ਇਸ ਖਬਰ ਤੋਂ ਹੀ, ਗੁਰਦਾਸਪੁਰ ਦੀ ਰੈਲੀ ਦੇ ਵਿੱਚ ਮੁੱਖ ਮੰਤਰੀ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਮੇਰੇ ਕੰਮ ਦੇ ਉੱਤੇ ਫਤਵਾ ਦਿਓ, ਕਿ ਜੋ 2 ਸਾਲ ਦੇ ਵਿੱਚ ਉਹਨਾਂ ਦੀ ਸਰਕਾਰ ਨੇ ਕੰਮ ਕੀਤੇ ਨੇ ਉਸ ਦੇ ਉੱਤੇ ਫਤਵਾ ਦਿਓ। ਸੀਐਮ ਨੇ ਕਿਹਾ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਦੇ ਲਈ ਮੈਨੂੰ 13 ਬਾਹਾਂ 13 ਜ਼ੁਬਾਨਾਂ ਦੇ ਦਿਓ, ਮੈਂ ਤੁਹਾਡੇ ਲਈ ਤਿੱਗਣਾ ਚੌਗਣਾ ਕੰਮ ਕਰਾਂਗਾ। ਗੁਰਦਾਸਪੁਰ ਦੇ ਵਿੱਚ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਦੇ ਵਿੱਚ ਰੈਲੀ ਕਰਨ ਪਹੁੰਚੇ ਹੋਏ ਸਨ ਤੇ ਇਸ ਮੌਕੇ ਦੇ ਉੱਤੇ 2019 'ਚ ਗੁਰਦਾਸਪੁਰ ਤੋਂ ਜਿੱਤ ਹਾਸਲ ਕਰਨ ਵਾਲੇ ਸਨੀ ਦਿਓਲ ਵੀ ਮੁੱਖ ਮੰਤਰੀ ਦੇ ਨਿਸ਼ਾਨੇ ਦੇ ਉੱਤੇ ਰਹੇ ਤੇ ਉਹਨਾਂ ਨੇ ਕਿਹਾ ਕਿ 2.5 ਕਿਲੋ ਦੇ ਹੱਥ ਵਾਲਾ ਮੁੜ ਕੇ ਇੱਥੇ ਦਿਖਿਆ ਹੀ ਨਹੀਂ। ਬਾਰਡਰ ਦੇ ਪਰਲੇ ਪਾਸੇ ਨਲਕੇ ਪੱਟਦਾ ਫਿਰਦਾ, ਇੱਥੇ ਕੋਈ ਲਗਾਇਆ ਨਹੀਂ, ਤਾਂ ਇੱਕ ਤੰਜ ਭਰੇ ਅੰਦਾਜ਼ ਦੇ ਵਿੱਚ ਉਹਨਾਂ ਨੇ ਤੰਜ ਕਸਿਆ ਤੇ ਨਾਲ ਹੀ ਕਿਹਾ ਕਿ ਬਾਜਵਾ ਦੇ ਸੀਐਮ ਵਾਲੇ ਸੁਪਨੇ ਦੀ ਭਰੂਣ ਹੱਤਿਆ ਹੋ ਗਈ। ਫਿਰ ਗੁਰਦਾਸਪੁਰ ਦੇ ਵਿੱਚ ਪਹੁੰਚੇ ਹੋਏ ਸੀ, ਸਨੀ ਦਿਓਲ ਦਾ ਵੀ ਜ਼ਿਕਰ ਸੀ, ਆਪਣੇ ਉਮੀਦਵਾਰ ਦਾ ਤਾਂ ਲਾਜ਼ਮੀ ਤੌਰ ਤੇ ਹੋਣਾ ਹੀ ਸੀ। ਸ਼ੈਰੀ ਕਲਸੀ ਗੁਰਦਾਸਪੁਰ ਤੋਂ ਉਮੀਦਵਾਰ ਬਣਾਏ ਗਏ ਨੇ, ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ। ਸ਼ੈਰੀ ਕਲਸੀ ਮੌਜੂਦਾ ਸਮੇਂ ਦੇ ਵਿੱਚ ਵਿਧਾਇਕ ਨੇ ਤੇ ਇੱਕ ਵਾਰ ਫਿਰ ਤੋਂ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਇਸ ਵਾਰ ਲੋਕ ਸਭਾ ਚੋਣ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਤਾਂ ਸਟੇਜ 'ਤੇ ਸੀਐਮ ਪਹੁੰਚੇ, ਉਹਨਾਂ ਦੇ ਨਿਸ਼ਾਨੇ ਦੇ ਉੱਤੇ ਸਨੀ ਦਿਓਲ, ਉਹਨਾਂ ਦੇ ਨਿਸ਼ਾਨੇ ਦੇ ਉੱਤੇ ਬਾਜਵਾ ਪਰਿਵਾਰ ਵੀ ਨਜ਼ਰ ਆ ਰਿਹਾ ਸੀ, ਕਿਉਂਕਿ ਗੁਰਦਾਸਪੁਰ ਹੈ, ਗੁਰਦਾਸਪੁਰ ਦਾ ਇਲਾਕਾ ਬਾਜਵੇ ਪਰਿਵਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਤਾਂ ਉਹਨਾਂ ਦਾ ਪਰਿਵਾਰ ਵੀ ਨਿਸ਼ਾਨੇ 'ਤੇ ਰਿਹਾ। ਕੀ ਕੁਝ ਕਿਹਾ ਸੀਐਮ ਨੇ ਉਹ ਤੁਹਾਨੂੰ ਸੁਣਾਉਣ। ਬਣਾਓ ਤੁਸੀਂ ਆਪਣਾ MP, ਉਦੋਂ ਬਾਅਦ ਇੱਥੇ ਵਿਕਾਸ ਕਰਨਾ, ਉਹਦੇ ਵਾਸਤੇ ਮੈਂ ਕਰਾਂ 3 ਸਾਲ ਆਪਣੀ ਸਰਕਾਰ, 4 ਜੂਨ ਨੂੰ ਜਦੋਂ ਰਿਜ਼ਲਟ ਆ ਜੂਗਾ ਸਰਕਾਰ, ਤਾਂ ਉਦੋਂ ਬਾਅਦ 3 ਸਾਲ ਆਪਣੇ ਕੋਲ ਹੈਗੀ ਹੈ। ਘੱਟੋ ਘੱਟ ਇਹ ਤਾਂ ਮੈਨੂੰ ਇਹ ਹੋ ਜੂਗਾ ਕਿ ਲੋਕਾਂ ਨੇ ਮੇਰੇ ਕੰਮਾਂ 'ਤੇ
ਫਤਵੇ ਤੇ ਮੋਹਰ ਲਾਈ ਹੈ, ਲੈ ਹੁਣ ਤਿੱਗਣਾ ਚੌਗਣਾ ਕੰਮ ਕਰੂੰਗਾ। ਤੁਸੀਂ ਇੱਕ ਵਾਰੀ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਦੇ ਦਿਓ ਜਿਹੜੀਆਂ ਦੇਸ਼ ਦੀ ਪਾਰਲੀਮੈਂਟ 'ਚ ਬੋਲਣ, ਉਹ ਤੋਂ ਬਾਅਦ ਮੈਂ ਕੰਮ ਨਾ ਕਰਾਂ ਤੁਸੀਂ, ਮੈਂ ਤੁਹਾਡੀ ਲੱਤ ਨੂੰ ਲੰਘ ਜੂੰਗਾ, ਤੁਸੀਂ ਮੈਨੂੰ ਨੀਵੇਂ ਥਾਂ ਬਿਠਾ ਲਿਓ। ਸ਼ਹਿਰੀ ਕਲਸੀ ਨੂੰ ਬਣਾਓ ਤੁਸੀਂ। 13-0 ਦਾ ਦਾਵਾ ਮੁੱਖ ਮੰਤਰੀ ਪਹਿਲਾਂ ਵੀ ਕਰਦੇ ਨਜ਼ਰ ਆਏ ਨੇ ਤੇ ਇਸ ਵਾਰ ਉਹ 13-0 ਦੇ ਲਈ ਲੋਕਾਂ ਤੋਂ ਸਾਥ ਦੀ ਅਪੀਲ ਕਰਦੇ ਵੀ ਦਿਖੇ ਨੇ। ਉਧਰ ਚੋਣ ਕਮਿਸ਼ਨ ਨੇ ਕਾਂਗਰਸ ਅਤੇ ਬੀਜੇਪੀ ਦੇ ਪ੍ਰਧਾਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਜਵਾਬ ਮੰਗਿਆ। ਕਮਿਸ਼ਨ ਨੇ ਮੋਦੀ ਅਤੇ ਰਾਹੁਲ ਦੇ ਭਾਸ਼ਣਾਂ ਦੇ ਖਿਲਾਫ ਕੀਤੀ ਗਈ ਸ਼ਿਕਾਇਤਾਂ ਦੇ ਉੱਤੇ ਨੋਟਿਸ ਭੇਜਿਆ। ਇਹਨਾਂ ਸ਼ਿਕਾਇਤਾਂ ਦੇ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ ਗਿਆ। ਸ਼ਿਕਾਇਤ ਦੇ ਵਿੱਚ ਕਿਹਾ ਗਿਆ ਕਿ ਲੀਡਰਸ ਧਰਮ, ਜਾਤ, ਭਾਈਚਾਰੇ ਅਤੇ ਭਾਸ਼ਾ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਨਫ਼ਰਤ ਫੈਲਾਉਣ ਅਤੇ ਉਹਨਾਂ ਨੂੰ ਵੰਡਣ ਦਾ ਕੰਮ ਕਰ ਰਹੇ ਹਨ। ਕਮਿਸ਼ਨ ਨੇ ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਸ ਮਾਮਲੇ 'ਚ 29 ਅਪ੍ਰੈਲ ਸਵੇਰੇ 11 ਵਜੇ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਬੀਜੇਪੀ ਅਤੇ ਕਾਂਗਰਸ ਦੋਵਾਂ ਨੇ ਚੋਣ ਕਮਿਸ਼ਨ ਨੂੰ ਸੋਮਵਾਰ ਨੂੰ ਸ਼ਿਕਾਇਤ ਦਿੱਤੀ ਸੀ। ਬੀਜੇਪੀ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੇਸ਼ ਦੇ ਵਿੱਚ ਗਰੀਬੀ ਵਧਣ ਦਾ ਝੂਠਾ ਦਾਅਵਾ ਕਰ ਰਹੇ ਨੇ, ਦੇਸ਼ ਨੂੰ ਭਾਸ਼ਾ ਦੇ ਆਧਾਰ ਦੇ ਉੱਤੇ ਉੱਤਰ ਦੱਖਣ ਦੇ ਵਿੱਚ ਵੰਡ ਰਹੇ ਨੇ, ਉਹਨਾਂ ਦੇ ਖਿਲਾਫ਼ ਸਖ਼ਤ ਕਦਮ ਚੁੱਕਿਆ ਜਾਵੇ। ਜਦੋਂ ਕਿ ਕਾਂਗਰਸ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਜਾਇਦਾਦ ਦਾ ਬਟਵਾਰਾ ਵਾਲੇ ਬਿਆਨ 'ਤੇ ਐਕਸ਼ਨ ਲਿਆ ਜਾਵੇ। ਕਾਂਗਰਸ ਨੇ ਇਸ ਬਿਆਨ ਨੂੰ ਖਾਸ ਭਾਈਚਾਰੇ ਨੂੰ ਟਾਰਗੇਟ ਕਰਨ ਵਾਲਾ ਦੱਸਿਆ ਸੀ। ਤਾਂ ਬਿਆਨਬਾਜ਼ੀ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਸਮੇਂ ਹੋ ਰਹੀ ਹੈ, ਬਹੁਤ ਤਿੱਖੀ ਵੀ ਹੋ ਰਹੀ ਹੈ ਕਿਉਂਕਿ ਚੋਣਾਂ ਬਿਲਕੁਲ ਨੇੜੇ ਨੇ। ਇਨਫੈਕਟ ਕੱਲ੍ਹ ਦੂਜੇ ਗੇੜ ਦੀਆਂ ਵੋਟਾਂ ਵੀ ਪੈਣਗੀਆਂ, ਯਾਨੀ ਕਿ 26 ਤਰੀਕ ਨੂੰ। ਉੱਧਰ ਕਾਂਗਰਸ ਤੋਂ ਸਸਪੈਂਡ ਹੋਣ ਤੋਂ ਬਾਅਦ ਵੀ ਵਿਕਰਮਜੀਤ ਸਿੰਘ ਚੌਧਰੀ ਦੇ ਤੇਵਰ ਤਲਖ ਨੇ ਔਰ ਇਹ ਤਲਖ ਤੇਵਰ ਬਰਕਰਾਰ ਨੇ। ਵਿਕਰਮਜੀਤ ਚੌਧਰੀ ਦੀ ਮੰਨੀ ਹੈ ਤਾਂ ਉਹਨਾਂ ਨੇ ਟਿਕਟ ਮੰਗ ਕੇ ਕੋਈ ਗੁਨਾਹ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਕੀ ਮੇਰੀ ਮਾਂ ਦਾ ਮੰਗਲ ਸੂਤਰ ਪਾਰਟੀ ਨੂੰ ਸਮਰਪਿਤ ਨਹੀਂ ਹੋਇਆ। ਸਜ਼ਾ ਅਗਰ ਆਪ ਕੋਈ ਗੁਨਾਹ ਕਰੋ ਤੋ ਸਜ਼ਾ ਮਿਲਤੀ ਹੈ, ਕਭੀ ਨਾ ਕਭੀ ਸਜ਼ਾ ਮਿਲਦੀ ਹੈ। ਮੇਰਾ ਗੁਨਾਹ ਕਿਆ ਹੈ? ਤੋ ਕਿਆ ਮੇਰੀ ਮਾਂ ਕਾ ਮੰਗਲ ਸੂਤਰ ਪਾਰਟੀ ਕੋ ਸਮਰਪਿਤ ਨਹੀਂ ਹੁਆ? ਤੇ ਮਨ ਕਹਿੰਦਾ ਕਿ ਨਹੀਂ, ਦੂਜੀ ਪਾਰਟੀ ਜੁਆਇਨ ਕਰੀਏ, ਉੱਥੇ ਓਪਰਚੁਨਿਟੀ ਮਿਲਦੀ ਹੈ। ਤਾਂ ਸਿੱਧਾ ਸਿੱਧਾ ਕਹੋ ਕਿ ਪਾਰਟੀ ਨੇ ਸਾਨੂੰ ਬੜਾ ਕੁਝ ਦਿੱਤਾ, ਪਰ ਹੁਣ ਸਾਡਾ ਚਿੱਤ ਬੇਈਮਾਨ ਹੋ ਗਿਆ। ਵਿਕਰਮਜੀਤ ਚੌਧਰੀ ਚੰਨੀ ਦੇ ਉੱਤੇ 20 ਖੁੱਪੜ ਕੇ ਅਤੇ ਉਹਨਾਂ ਦੀ ਤੁਲਨਾ ਸ਼ਕੁਨੀ ਦੇ ਨਾਲ ਕਰ ਦਿੱਤੀ। ਮੈਨੇ ਪਹਿਲੇ ਵੀ ਕਿਹਾ ਇਹ ਸੁਦਾਮਾ ਨਹੀਂ ਹੈ, ਇਹ ਸ਼ਕੁਨੀ ਹੈ। ਔਰ ਜਲੰਧਰ ਮੇਂ ਜੋ ਕਰ ਦਿਆ ਉਨਕੇ ਆਨੇ ਸੇ ਆਜ ਚੌਧਰੀ ਪਰਿਵਾਰ, ਆਜ KP ਪਰਿਵਾਰ ਤਹਿਸ ਨਹਿਸ ਕਰ ਦਿਆ। ਦੱਸ ਦਈਏ ਕਿ ਵਿਕਰਮਜੀਤ ਚੌਧਰੀ ਨੂੰ ਕਾਂਗਰਸ ਨੇ ਬੁੱਧਵਾਰ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਰਕੇ ਸਸਪੈਂਡ ਕਰ ਦਿੱਤਾ ਸੀ। ਦਰਅਸਲ ਕਾਂਗਰਸ ਨੇ ਵਿਕਰਮਜੀਤ ਚੌਧਰੀ ਦੀ ਮਾਤਾ ਕਰਮਜੀਤ ਕੌਰ ਦੇ ਟਿਕਟ ਕੱਟ ਕੇ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਬਣਾ ਦਿੱਤਾ, ਜਿਸ ਤੋਂ ਬਾਅਦ ਕਰਮਜੀਤ ਕੌਰ ਨੇ ਕਾਂਗਰਸ ਛੱਡ ਦਿੱਤੀ ਤੇ BJP ਜੁਆਇਨ ਕਰ ਲਈ। ਹਾਲ ਹੀ ਦੇ ਵਿੱਚ ਵਿਕਰਮ ਚੌਧਰੀ ਦੇ ਵੀ ਕੁਝ ਅਜਿਹੇ ਬਿਆਨ ਸਾਹਮਣੇ ਆਏ ਜਿਸ ਦੀ ਵਜ੍ਹਾ ਨਾਲ ਇਹ ਕਾਰਵਾਈ ਕਰ ਦਿੱਤੀ ਗਈ, ਪਰ ਸਸਪੈਂਡ ਹੋਣ ਤੋਂ ਬਾਅਦ ਵਿਕਰਮ ਦੇ ਤੇਵਰ ਹੋਰ ਤਲਖ ਹੋ ਗਏ ਨੇ। ਖੈਰ ਜਲੰਧਰ ਦੀ ਚੋਣ ਦੇ ਉੱਤੇ ਸਭ ਦੀ ਨਜ਼ਰ ਲਾਜ਼ਮੀ ਤੌਰ ਤੇ ਜਲੰਧਰ ਵਾਲੀ ਸੀਟ ਦੇ ਉੱਤੇ। ਖੈਰ ਜਦੋਂ ਜਲੰਧਰ ਦੀ ਸੀਟ ਤੇ ਬਗਾਵਤ ਵਾਲੇ ਸੁਰ ਦੇ ਵਿਚਾਲੇ ਵਿਰੋਧ ਵੀ ਖੁੱਲ੍ਹ ਕੇ ਹੋਵੇ, ਫਿਰ ਫਰਕ ਤਾਂ ਪੈਂਦਾ ਹੈ, ਖਾਸ ਤੌਰ ਤੇ ਉਸ ਉਮੀਦਵਾਰ ਨੂੰ ਜਿਸ ਉਮੀਦਵਾਰ ਦਾ ਵਿਰੋਧ ਹੋ ਰਿਹਾ, ਯਾਨੀ ਕਿ ਚਰਨਜੀਤ ਸਿੰਘ ਚੰਨੀ। ਉਧਰ ਹਰਿਆਣਾ ਦੇ ਰੋਹਤਕ ਦੇ ਵਿੱਚ BJP MP ਅਰਵਿੰਦ ਸ਼ਰਮਾ ਦੇ ਪ੍ਰੋਗਰਾਮ ਦੇ ਵਿੱਚ ਹੰਗਾਮਾ। ਅਰਵਿੰਦ ਸ਼ਰਮਾ ਦਾ ਪ੍ਰੋਗਰਾਮ ਭੁਪਿੰਦਰ ਹੁੱਡਾ ਦੇ ਵਿਧਾਨ ਸਭਾ ਖੇਤਰ ਗੜੀ ਸੰਪਲਾ ਕਿਲੋਈ ਦੇ ਵਿੱਚ ਸੀ, ਜਿੱਥੋਂ ਦੇ ਟਟੌਲੀ ਪਿੰਡ ਦੇ ਵਿੱਚ ਅਰਵਿੰਦ ਸ਼ਰਮਾ ਪ੍ਰਚਾਰ ਕਰਨ ਪਹੁੰਚੇ ਸਨ। ਕਿਹਾ ਜਾ ਰਿਹਾ ਕਿ ਇੱਥੇ ਹੀ ਕੁਝ ਕਿਸਾਨ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਅਤੇ MP ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਅਰਵਿੰਦ ਦੇ ਸਮਰਥਕਾਂ ਅਤੇ ਕਿਸਾਨਾਂ ਦੇ ਵਿੱਚ ਬਹਿਸ ਹੋਈ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਕਿ ਝਗੜੇ ਦੀ ਵਜ੍ਹਾ ਨਾਲ MP ਸਾਹਿਬ ਨੂੰ ਆਪਣਾ ਪ੍ਰੋਗਰਾਮ ਵੀ ਵਿਚਾਲੇ ਛੱਡ ਕੇ ਜਾਣਾ ਪਿਆ ਅਤੇ BJP ਨੇ ਹੰਗਾਮੇ ਦਾ ਇਲਜ਼ਾਮ ਕਾਂਗਰਸ ਦੇ ਉੱਤੇ ਲਗਾਇਆ।
ਜਦੋਂ ਚੋਣ ਅਖਾੜਾ ਜੰਗ ਦਾ ਅਖਾੜਾ ਬਣ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਜਾ ਪ੍ਰਧਾਨ ਸੁਨੀਲ ਜਾਖੜ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ, ਬੀਜੇਪੀ ਆਪਣਾ ਕੁਨਬਾ ਵਧਾਉਣ ਦੇ ਵਿੱਚ ਲੱਗੀ ਹੋਈ ਹੈ। ਸਿੱਧਾ ਉਹਨਾਂ ਦੀ ਪ੍ਰੈਸ ਕਾਨਫਰੰਸ ਦਾ ਰੁੱਖ ਕਰਦੇ ਬਦਲ ਲਿਆ, ਬਟ ਇਟ ਸ਼ੋਜ਼ ਜੇ ਅੱਜ ਰਾਹੁਲ ਜੀ ਜਾਂ ਸੂਦ ਸਾਹਿਬ ਜੁੜੇ ਆ ਅਕਾਲੀ ਦਲ ਨੂੰ ਛੱਡ ਕੇ, ਆਪਣੇ ਆਪ ਚ ਕੀ ਸੰਕੇਤ ਦੇ ਰਹੇ ਆ ਮੈਂ ਸਮਝਦਾ ਮੇਰੇ ਦੱਸਣ ਦੀ ਲੋੜ ਨਹੀਂ। ਇਕੱਲੀ ਕਾਂਗਰਸ ਪਾਰਟੀ ਡਿਸਇੰਟੀਗ੍ਰੇਟ ਨਹੀਂ ਹੋ ਰਹੀ, ਅਕਾਲੀ ਵੀ ਉਸੇ ਰਾਹ ਤੇ ਉਸੇ ਤਰ੍ਹਾਂ ਹੀ ਤੁਰ ਰਹੇ ਹੈ ਤੇ ਮਨ ਲੱਗਦਾ ਵੀ ਇਹ ਪਾਰਟੀ ਦੀ ਸਪੀਡ ਕਾਂਗਰਸ ਨਾਲੋਂ ਵੀ ਜ਼ਿਆਦਾ ਰਫ਼ਤਾਰ ਜ਼ਿਆਦਾ ਫੜ ਰਹੀ ਹੈ। ਆਉਣ ਵਾਲੇ ਦਿਨਾਂ ਦੇ ਸੰਕੇਤ ਹੈ। ਪੰਜਾਬ ਦੇ ਲੋਕ ਮੈਂ ਸਮਝਦਾ ਇਸ ਡਿਵੈਲਪਮੈਂਟ ਨੂੰ ਜੋ ਆ ਰਹੀ ਹੈ ਪੰਜਾਬ ਦੀ ਰਾਜਨੀਤੀ 'ਚ ਇਸ ਕਿਸਮ ਦੀ ਜੀ ਮੈਂ ਨਹੀਂ ਸਮਝਦਾ ਪਹਿਲਾਂ ਇਹਦਾ ਕੋਈ ਇਹਦਾ ਉਦਾਹਰਣ ਕਿਤੇ ਪਹਿਲਾਂ ਹੋਇਆ ਵੀ ਇੰਨੀ ਸਪੀਡ ਦੇ ਨਾਲ ਤੇ ਇੰਨੇ ਲੋਕ ਜੋ ਉਤਲ ਉਤਲ ਚੱਲ ਰਹੀ ਹੈ। ਪਰ ਪੰਜਾਬ ਦੇ ਲੋਕ ਇੱਕ ਗੱਲ ਸਮਝ ਰਹੇ ਹੈ ਵੀ ਅਗਰ ਕੋਈ ਇਸ ਖਾਸ ਪਾਰਟੀ ਖਾਸ ਆਦਮੀ ਪਾਰਟੀਆਂ ਦੀ ਜਿਹੜੀ ਆ ਪਾਰਟੀ ਹੈ ਉਸ ਦਾ ਕੋਈ ਇਲਾਜ ਜਾਂ ਕੋਈ ਉਹਦਾ ਬਦਲਾਵ ਹੋ ਸਕਦਾ ਹੈ ਉਹ ਬੀਜੇਪੀ ਹੈ। ਨਾ ਸਿਰਫ ਲੀਡਰ ਸਾਹਿਬਾਨ ਇਸ ਗੱਲ ਨੂੰ ਸਮਝ ਰਹੇ, ਵਰਕਰਸ ਵੀ ਤੇ ਪੰਜਾਬ ਦੇ ਲੋਕ ਵੀ ਸਮਝ ਰਹੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਹ ਵੀ ਕਹਿਣਾ ਚਾਹੁੰਦਾ ਵੀ ਆਹ ਜਿਹੜਾ ਬੀਜੇਪੀ ਦਾ ਪਰਿਵਾਰ ਹੈ ਇਸੇ ਤਰ੍ਹਾਂ ਹੀ ਹੋਰ ਵੱਧਦਾ ਤੁਰਿਆ ਜਾਊਗਾ। ਬਾਏ ਦਾ ਟਾਈਮ ਜਦੋਂ ਇਲੈਕਸ਼ਨ ਦਾ ਮਾਹੌਲ ਬਣੂਗਾ ਤੁਸੀਂ ਦੇਖਿਓ ਹਾਲਾਤ ਕੀ ਪੰਜਾਬ ਦੇ ਅੰਦਰ ਡਿਵੈਲਪ ਹੁੰਦੇ। ਥੈਂਕ ਯੂ ਸਰ। ਤੁਹਾਡੀ ਸਾਰੀ ਗੱਲ ਠੀਕ ਹੈ ਜੀ, ਆਹ ਕਾਨੂੰਨ ਸਾਰਿਆਂ ਨੂੰ ਧਿਆਨ ਚ ਹੈ ਵੀ ਅੱਜ ਦੇ ਦਿਨ ਜਦੋਂ ਕੋਡ ਆਫ ਕੰਡਕਟ ਲੱਗਿਆ ਕੋਈ ਵੀ ਪੰਜ ਬੰਦਿਆਂ ਤੋਂ ਫਾਲਤੂ ਜਿੱਥੇ ਇਕੱਠ ਹੋਏ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਪਰ ਪ੍ਰੋਬਲਮ ਹੈ ਪਾਰਟੀ ਪੱਧਰ ਤੇ, ਇੱਕ ਹੋਰ ਗੱਲ ਹੈ ਮੇਰੇ ਪੱਧਰ ਤੇ ਮੈਂ ਨਹੀਂ ਸਮਝਦਾ ਵੀ ਇਸ ਕਿਸਮ ਦਾ ਸਾਨੂੰ ਉਹਨਾਂ ਨੂੰ ਮੈਂ ਬਾਰ ਬਾਰ ਅਪੀਲ ਕਰਦਾ ਵੀ ਆਹ ਜੋ ਕੁਛ ਤੁਸੀਂ ਕਰ ਰਹੇ ਹੋ ਇਹਦੇ ਨਾਲ ਕੋਈ ਕਿਸਾਨਾਂ ਦਾ ਲਾਭ ਹੁੰਦਾ ਹੋਵੇ ਨਾ ਫਿਰ ਤਾਂ ਮੈਂ ਕਹਿ ਦਿੰਦਾ ਕਰਦੇ ਰਹੋ ਜੀ, ਬਿਲਕੁਲ ਕਰਨਾ ਚਾਹੀਦਾ। ਪਰ ਇਸ ਮਸਲੇ ਤੇ ਮੇਰੀ ਆਪਣੀ ਰਿਜ਼ਰਵੇਸ਼ਨ ਹੈ, ਫਿਰ ਮੈਂ ਅਜੇ ਵੀ ਸਮਝਦਾ ਬੈਟਰ ਸੈਂਸ ਵਿਲ ਪ੍ਰਵੇਲ ਵੀ ਉਹ ਗੱਲ ਨੂੰ ਸਮਝਣਗੇ। ਇਸ ਮਸਲੇ ਦੀ ਜਿਹੜੇ ਗੰਭੀਰ ਮਸਲਾ ਹੈ ਕਿਸਾਨੀ ਦਾ ਉਹਨੂੰ ਭਗਵੰਤ ਮਾਨ ਜੀ ਵਾਂਗੂ ਇਹਨੂੰ ਇੱਕ ਸਟੇਜ ਡਰਾਮਾ ਨਾ ਬਣਾ ਦੇਣ ਜਿਸ ਤਰ੍ਹਾਂ ਫੋਟੋਆਂ ਲਵਾ ਕੇ ਪਹਿਲਾਂ ਭਗਵੰਤ ਮਾਨ ਜੀ ਨੇ ਲੁਧਿਆਣੇ ਦੇ ਅੰਦਰ ਰੋਲਤਾ ਇੱਕ ਐਡਾ ਵੱਡਾ ਇਸ਼ੂ ਸੀ SYL ਦਾ, ਇਹ ਕਿਸਾਨੀ ਵਾਲਾ ਮੁੱਦਾ ਉਸੇ ਰਾਹ ਤੇ ਨਾ ਤੁਰ ਪਏ। ਮੇਰੀ ਬੇਨਤੀ ਹੈ ਬਾਕੀ ਜਿਵੇਂ ਅੱਗੇ ਹਾਲਾਤ ਹੋਣਗੇ ਮੈਂ ਇਹੀ ਉਮੀਦ ਕਰਦਾ ਵੀ ਇਸ ਸ਼ਾਂਤੀਪੂਰਵਕ ਚੱਲਦਾ ਰਹੂਗਾ, ਕੋਈ ਕਿਸੇ ਨੂੰ ਇਤਰਾਜ਼ ਨਹੀਂ ਆਪਣਾ ਕਰਦੇ ਰਹਿਣ, ਪਰ ਹਿੰਸਕ ਰੂਪ ਹੈ ਇਹ ਕਿਸੇ ਵਾਸਤੇ ਅੱਛਾ ਨਹੀਂ। ਉਹ ਕਹਿੰਦੇ ਨੇ ਆਪਣਾ ਜਿਹੜਾ ਅੰਦਰ ਦਾ ਗਿਲਟ ਜਿਹੜੀ ਹੈ ਉਹ ਤਾਂ ਕਹਿ ਰਹੇ ਨੇ ਤੇ ਅੱਜ ਵਾਲੀ ਫੋਟੋ ਨਹੀਂ ਦਿਖਾਈ ਚੰਡੀਗੜ੍ਹ ਦੇ ਅੰਦਰ ਮੁਹਾਲੀ ਦੇ MLA ਸਾਹਿਬ ਨਾਲ ਬੈਠੇ ਇਹਨਾਂ ਦੇ ਕੈਂਡੀਡੇਟ ਦੇ ਜਿਹੜੇ ਕੈਂਡੀਡੇਟ ਸਾਹਿਬ ਆਨੰਦਪੁਰ ਸਾਹਿਬ ਤੋਂ ਇੱਥੇ ਲੈ ਕੇ ਆਏ ਚੰਡੀਗੜ੍ਹ ਦੇ ਅੰਦਰ, ਉਹ ਫੋਟੋ ਸਭ ਕੁਛ ਬਿਆਨ ਕਰ ਰਹੀ ਹੈ ਸਾਹਿਬ ਤੇ ਜਿਹੜੇ ਸਾਰੀ ਕਾਂਗਰਸ ਪਾਰਟੀ ਉੱਥੇ ਸਟੇਜ ਤੇ ਕੱਢ ਕੇ ਰਾਮਲੀਲਾ ਮੈਦਾਨ 'ਚ ਇੱਕ ਦਾਰੂ ਦੇ ਮਸਲੇ ਦੇ ਅੰਦਰ ਜਿਸ ਬੰਦੇ ਨੂੰ ਬਚਾਉਣ ਵਾਸਤੇ ਖੜੇ ਹੈ ਉਹਨਾਂ ਦੇ ਸਾਰੀਆਂ ਗੱਲਾਂ ਕਰਾਂਗੇ ਸਰ। ਦਿਸ ਵਿਲ ਬੀ ਜੀ ਕਿਆ ਮੇਰਾ ਕਹਿਣਾ ਸਾਹਿਬ ਪਾਰਟੀ ਨੇ ਕੋਈ ਐਸਾ ਇਲਜ਼ਾਮ ਨਹੀਂ ਲਗਾਇਆ,
अब ये सोशल मीडिया की करामात है। मैं समझता हूं आप पब्लिक लाइफ में कोई भी व्यक्ति इस किस्म के लांछनबाजी से बचा नहीं है। उनको पार्टी की तरफ से रूपानी जी भी गए थे, मैंने भी कहा इस किस्म की ना ही कोई बात है, ना ही कोई किसी के मन में है, परंतु एक उनके मन के अंदर भावना है। तो मैं समझता हूं इसमें उन्होंने इस बात को अपने दिल से लगाए बैठे हैं, कोई ऐसी उसमें मुद्दा नहीं है। पार्टी ने कोई इल्जाम किसी किस्म का उन पर नहीं लगाया। चोणां तो पहला अपना कुनबा वधाउंदे होए बीजेपी के लीडर भी नजर आ रहे हैं और वक् वक् पार्टियां तो वेलकम बीजेपी किया जा रहा है। खास तौर पर पंजाब बीजेपी का असं जिक्र कर रहे हैं। उधर समराला दे विच हाईवे के किनारे खेतों के भयानक अग लग गई और देखते ही देखते अग ने करीब 20 एकड़ खेत को अपनी लपेट में ले लिया। ये अग दियां लपटां बहुत दूर दूर तक देखिया जा सकदियां सी, नुकसान वड्डे पद्धर ते। अग की जानकारी मिलते ही आले दुआले के लोग खेत के मालिक के कोल पहुंच गए, नाल ही फायर ब्रिगेड को इतला दी गई। पर जदों तक अग के उत्ते काबू पाया जाता उस समय तक 2 एकड़ कणक की फसल सड़ चुकी सी, 18 एकड़ कणक की नाड़ भी अग लग चुकी सी। ਖੇਤਰ ਲੱਗੀ ਹੈ ਜੀ ਆਪਣੇ ਫੈਕਟਰੀ ਦੇ ਕੋਲੋਂ ਲੱਗੀ ਹੈ ਜੀ, ਫੈਕਟਰੀ ਦੇ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਹੀ ਬਜਾ ਰਹੇ ਸੀਗੇ ਜੀ। ਫੈਕਟਰੀ ਵਾਲਿਆਂ ਦੋਸ਼ ਹੈ, ਕਾਹਦੀ ਫੈਕਟਰੀ ਹੈ ਜੀ ਉਹ? ਇਹ ਧਾਗੇ ਦੀ ਫੈਕਟਰੀ ਹੈ ਜੀ। ਅਤੇ ਇਹ ਕਿੰਨੇ ਕਿੱਲੇ ਨੇ ਜੀ? ਇਹ ਘੱਟੋ ਘੱਟ ਜੀ 2-2.5 ਕਿੱਲੇ ਦਾ ਕਣਕ ਦੀ ਮੱਚ ਗਈ ਜੀ, 8-9 ਕਿੱਲੇ ਜੀ ਨਾੜ ਦੀ ਮੱਚ। ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਖੇਤਾਂ ਦੀ ਕੋਲੀ ਧਾਗਾ ਫੈਕਟਰੀ ਹੈ ਅਤੇ ਉੱਥੋਂ ਹੀ ਚੰਗਿਆੜੀ ਭੜਕੀ ਹੈ। ਫੈਕਟਰੀ ਵਿੱਚੋਂ ਆਈ ਹੈ ਤਾਂ ਹੀ ਫੈਕਟਰੀ ਵਾਲਾ ਸਭ ਤੋਂ ਪਹਿਲਾਂ ਫੈਕਟਰੀ ਵਾਲਾ ਆਇਆ। ਫੈਲਣ ਲੱਗਿਆ ਤਾਂ ਪ੍ਰਬੰਧਨ ਨੇ ਸਕੂਲ ਬੰਦ ਕਰ ਦਿੱਤਾ ਅਤੇ ਅਹਿਤਿਆਤਨ ਬੱਚਿਆਂ ਨੂੰ ਛੁੱਟੀ ਕਰ ਦਿੱਤੀ। ਹੁਣ ਗੱਲ ਮੌਸਮ ਦੀ ਵੀ ਕਰਦੇ ਹਾਂ। ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ 2 ਦਿਨਾਂ ਚ ਖਾਸ ਤੌਰ ਤੇ ਮੌਸਮ ਇੱਕ ਵਾਰ ਫਿਰ ਤੋਂ ਕਰਵਟ ਲੈ ਸਕਦਾ ਹੈ ਜੋ ਕਿਸਾਨਾਂ ਦੇ ਲਈ ਮੁਸੀਬਤ ਖੜੀ ਕਰ ਸਕਦਾ, ਖਾਸ ਤੌਰ ਤੇ ਜਿਨ੍ਹਾਂ ਨੇ ਫਸਲ ਵੱਢੀ ਨਹੀਂ ਜਾਂ ਫਿਰ ਜਿਹੜੇ ਲੈ ਕੇ ਮੰਡੀ ਚ ਪਹੁੰਚੇ ਹੋਏ। ਮੌਸਮ ਵਿਭਾਗ ਦੇ ਮੁਤਾਬਿਕ ਵੈਸਟਰਨ ਡਿਸਟਰਬੈਂਸ ਇੱਕ ਵਾਰ ਮੁੜ ਤੋਂ ਸਰਗਰਮ ਹੈ, ਜਿਸ ਕਰਕੇ ਆਉਣ ਵਾਲੇ 2 ਦਿਨਾਂ ਚ ਮੌਸਮ ਚ ਬਦਲਾਅ ਦੇਖਿਆ ਜਾ ਸਕਦਾ ਹੈ। 26 ਅਤੇ 27 ਅਪ੍ਰੈਲ ਨੂੰ ਇਸਦਾ ਕਾਫੀ ਅਸਰ ਨਜ਼ਰ ਆ ਸਕਦਾ ਹੈ। ਇਸ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਸੋ ਇਹਦੇ ਕਰਕੇ 26 ਅਤੇ 27 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋ ਸਕਦੀ ਹੈ। ਤੇਜ਼ ਹਵਾਵਾਂ ਲਗਭਗ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦੀਆਂ ਨੇ ਔਰ ਇਹਦੇ ਤੋਂ ਬਿਨਾਂ ਲਾਈਟਨਿੰਗ, ਥੰਡਰ ਸ਼ਾਵਰਸ ਔਰ ਕਿਤੇ ਕਿਤੇ ਜਿਹੜੀ ਗੜੇਮਾਰ ਵੀ ਹੋ ਸਕਦੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀਕਐਂਡ ਦੇ ਉੱਤੇ ਵੀ ਮੌਸਮ ਦੇ ਵਿੱਚ ਬਦਲਾਅ ਆਇਆ ਸੀ। ਉਸ ਸਮੇਂ ਵੀ ਪੰਜਾਬ ਦੇ ਕਈ ਹਿੱਸਿਆਂ 'ਚ ਗੜੇਮਾਰੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ, ਜਿਸ ਵਜ੍ਹਾ ਨਾਲ ਕਣਕ ਦੀ ਪੱਕੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ। ਇੱਥੋਂ ਤੱਕ ਕਿ ਜੋ ਕਣਕ ਦੀ ਫਸਲ ਮੰਡੀਆਂ 'ਚ ਪਹੁੰਚੀ ਸੀ ਉਹ ਵੀ ਕਈ ਥਾਵਾਂ ਦੇ ਉੱਤੇ ਖਰਾਬ ਹੋਈ ਸੀ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਕਰਨਾਲ ਤੋਂ। ਹਰਿਆਣਾ ਦੇ ਕਰਨਾਲ ਦੇ ਘਰੌਂਡਾ ਦੇ ਵਿੱਚ ਹਾਦਸਾ ਵਾਪਰਿਆ। ਅਰੋਮਾ ਰਾਈਸ ਮਿਲ ਦੇ ਵਿੱਚ ਭਿਆਨਕ ਅੱਗ ਲੱਗੀ ਔਰ ਉਸਦੀਆਂ ਵੀ ਕੁਝ ਤਸਵੀਰਾਂ ਸਾਡੇ ਕੋਲ ਇਸ ਸਮੇਂ ਸਾਹਮਣੇ ਆ ਰਹੀਆਂ ਔਰ ਅੱਗ ਲੱਗਣ ਦੀ ਵਜ੍ਹਾ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ। ਫਾਇਰ ਬ੍ਰਿਗੇਡ ਮਹਿਕਮੇ ਦੀਆਂ ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਔਰ ਲੱਖਾਂ ਰੁਪਏ ਦੀ ਕੀਮਤ ਦਾ ਝੋਨਾ ਸਟਾਕ ਉੱਥੇ ਕੀਤਾ ਹੋਇਆ ਸੀ ਜੋ ਅੱਗ ਦੀ ਭੇਟ ਚੜ ਗਿਆ। ਘਰੌਂਡਾ ਦਾ ਇਹ ਪੂਰਾ ਮਾਮਲਾ ਹੈ। ਇੱਕ ਰਾਈਸ ਮਿਲ ਹੈ, ਸੈਲਰ ਹੁੰਦਾ ਜਿਵੇਂ ਅਰੋਮਾ ਰਾਈਸ ਮਿਲ ਉਸਦਾ ਨਾਮ ਦੱਸਿਆ ਜਾ ਰਿਹਾ ਔਰ ਉੱਥੇ ਇਹ ਪੂਰਾ ਨੁਕਸਾਨ ਹੋਇਆ ਹੈ। ਅੱਗ ਕਿਉਂ ਲੱਗੀ, ਕਿਵੇਂ ਲੱਗੀ, ਇਸ ਬਾਰੇ ਅਜੇ ਖੁਲਾਸਾ ਨਹੀਂ ਹੋ ਸਕਿਆ।
ਪਰ ਬਹੁਤ ਵੱਡੇ ਪੱਧਰ 'ਤੇ ਉੱਥੇ ਜਿਹੜਾ ਝੋਨਾ ਸਟਾਕ ਕੀਤਾ ਗਿਆ ਸੀ ਔਰ ਉਸਦੇ ਵਿੱਚ ਅੱਗ ਲੱਗ ਗਈ। ਫਿਰ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ, ਉਹਨਾਂ ਨੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਇਆ। ਅਤੇ ਹੁਣ ਤੁਹਾਨੂੰ ਹੜ੍ਹ ਦੀਆਂ ਤਸਵੀਰਾਂ ਵੀ ਦਿਖਾਉਂਦੇ ਹਾਂ ਜੋ ਆ ਰਹੀਆਂ ਨੇ ਕੀਨੀਆਂ ਤੋਂ। ਕੀਨੀਆਂ ਦੇ ਵਿੱਚ ਇਸ ਸਮੇਂ ਹੜ੍ਹ ਦੀ ਵਜ੍ਹਾ ਕਰਕੇ ਮੁਸ਼ਕਿਲ ਹਾਲਾਤ ਬਣੇ ਹੋਏ ਅਤੇ ਹੜ੍ਹ ਦੀ ਵਜ੍ਹਾ ਕਰਕੇ ਘੱਟੋ ਘੱਟ 38 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਅਤੇ ਹਾਲਾਤ ਐਮਰਜੈਂਸੀ ਵਾਲੇ ਲੱਗ ਰਹੇ ਨੇ। ਮੀਡੀਆ ਰਿਪੋਰਟਸ ਦੇ ਮੁਤਾਬਿਕ 1 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਨੇ। ਸ਼ਹਿਰੀ ਖੇਤਰ ਹੋਵੇ ਜਾਂ ਫਿਰ ਪੇਂਡੂ ਖੇਤਰ, ਹਰ ਪਾਸੇ ਪਾਣੀ ਹੀ ਪਾਣੀ ਖੜਿਆ ਨਜ਼ਰ ਆ ਰਿਹਾ। ਕਈ ਥਾਵਾਂ ਦੇ ਉੱਤੇ ਜਨਤਕ ਆਵਾਜਾਈ ਦੇ ਵਾਹਨ ਹੜ੍ਹ ਦੇ ਵਿੱਚ ਫਸੇ ਤਾਂ ਮੁਸ਼ਕਿਲ ਵਾਲੇ ਹਾਲਾਤ ਬਣ ਗਏ ਅਤੇ ਬੱਸ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਕਾਫ਼ੀ ਮੁਸ਼ਕਤ ਕਰਨੀ ਪਈ। ਪਾਣੀ ਦਾ ਤੇਜ਼ ਵਹਾਅ ਹਰ ਪਾਸੇ ਨਜ਼ਰ ਆ ਰਿਹਾ। ਦਰਿਆਵਾਂ ਹੋਣ ਜਾਂ ਵੱਡੇ ਨਾਲੇ ਸਾਰੇ ਉਫਾਨ ਦੇ ਉੱਤੇ ਨੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਇਸ ਹੜ੍ਹ ਦੇ ਹਾਲਾਤ ਦੇ ਵਿੱਚ ਕਈ ਗੁਣਾ ਵੱਧ ਗਈਆਂ ਨੇ। ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੀ ਉਹਨਾਂ ਨੂੰ ਕਾਫ਼ੀ ਮੁਸ਼ਕਤ ਕਰਨੀ ਪੈ ਰਹੀ ਹੈ।